भाई कन्हैया मिशन सेवा ब्लड डोनर कौंसल रजिस्टर्ड नवा शहर जिला शहीद भगत सिंह नगर पंजाब इंडिया। अपील निम्रता सहित बेनती की जाती है कि खूनदानी फरिश्त खून के लोड़वंदा विचकार कड़ी का काम करती संस्था BDC नवा शहर ने 35वें साल विच प्रवेश कर लिया है। इत्थे यह जिक्र करना उचित होगा कि BDC भवन 13 अप्रैल 1992 मनुखी सेवा दे पुंज भगत पूरन सिंह बानी पिंगलावाड़ा श्री अमृतसर साहब जी ने लोक सेवा नूं समर्पित किया सी, पर चलदी फिरदी सेवा 1986 विच ही आरंभ हो गई सी। इस तरह स्वै इच्छुक खूनदानियां दे सहयोग नाल अज तक 2 लाख तो वध ब्लड यूनिट लोड़वंदां नूं जारी हो चुके हैं। संस्था वल्लों थैलीसीमिया शरीर विच खून ना बनन दी बीमारी ਦੇ ਮਰੀਜ਼ ਨੂੰ ਟੈਸਟ ਫੀਸਾਂ ਤੋਂ ਬਗੈਰ ਪਹਿਲ ਦੇ ਆਧਾਰ 'ਤੇ ਬਲੱਡ ਯੂਨਿਟ ਜਾਰੀ ਕੀਤੇ ਜਾਂਦੇ ਹਨ। ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਿਹਤ ਮੰਤਰਾਲਿਆਂ ਤੋਂ BDC ਬਲੱਡ ਸੈਂਟਰ ਦਾ ਲਾਇਸੈਂਸ ਪ੍ਰਾਪਤ ਕਰਨ ਉਪਰੰਤ ਖੂਨਦਾਨ ਕਰਨ ਅਤੇ ਖੂਨਦਾਨ ਦੀ ਲੋੜ ਸੰਬੰਧੀ ਸੇਵਾ 24 ਘੰਟੇ ਲਈ ਸਥਾਨਕ ਪੱਧਰ 'ਤੇ ਹੋਣੀ ਸੌਖੀ ਹੋ ਗਈ। ਉਪਰੰਤ ਖੂਨਦਾਨ ਸੇਵਾ ਦੇ ਪਸਾਰ ਨੂੰ ਵੇਖਦਿਆਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਕਤੂਬਰ 2019 ਵਿੱਚ ਬਲੱਡ ਸੈੱਲ ਸੈਪਰੇਟਰ ਯੂਨਿਟ ਪਹਿਲੀ ਮੰਜ਼ਿਲ 'ਤੇ ਸਥਾਪਿਤ ਕੀਤਾ ਗਿਆ, ਜਿਸ ਦਾ ਲਾਇਸੈਂਸ ਵੱਖਰੇ ਤੌਰ 'ਤੇ ਰਾਜ ਅਤੇ ਕੇਂਦਰ ਸਰਕਾਰ ਦੇ ਸਿਹਤ ਮੰਤਰਾਲਿਆਂ ਨੂੰ ਪ੍ਰਾਪਤ ਕੀਤਾ ਗਿਆ। ਅੱਜ ਤੱਕ 700 ਤੋਂ ਵਧੇਰੇ ਡੇਂਗੂ ਦੇ ਮਰੀਜ਼ ਇਸ ਸੇਵਾ ਦਾ ਲਾਭ ਹਾਸਲ ਕਰ ਚੁੱਕੇ ਹਨ। ਹੁਣ BDC ਬਲੱਡ ਸੈਂਟਰ ਅਤੇ BDC ਹਾਈਟੈਕ ਲੈਬੋਰਟਰੀ ਦੀ ਸੇਵਾਵਾਂ ਦੇ ਪ੍ਰਸਾਰ ਸੰਬੰਧੀ ਹੋਰ ਲੋੜਾਂ ਨੂੰ ਵੇਖਦਿਆਂ ਕੈਮੀ ਨਾਮ ਦੀ ਅਤਿ ਆਧੁਨਿਕ ਅਤੇ ਅਤਿ ਸੰਵੇਦਨਸ਼ੀਲ ਟੈਸਟ ਮਸ਼ੀਨ ਪ੍ਰਾਪਤ ਕੀਤੀ ਗਈ ਹੈ। ਇਸ ਵੇਲੇ ਦੂਸਰੀ ਮੰਜ਼ਿਲ 'ਤੇ ਨਵੀਨ ਉੱਚ ਤਕਨੀਕੀ ਲੈਬੋਰਟਰੀ ਦੀ ਉਸਾਰੀ ਦੀ ਲੋੜ ਹੈ। BDC 'ਤੇ ਸੇਵਾ ਕਰਦੇ 40 ਮੈਂਬਰੀ ਸਟਾਫ ਦੇ ਤਨਖਾਹ ਅਤੇ ਮੈਂਟੇਨੈਂਸ ਖਰਚਿਆਂ ਦੀ ਇਕਸਾਰਤਾ ਬਣਾ ਕੇ ਰੱਖੀ ਜਾਂਦੀ ਹੈ, ਪਰ ਲੈਬ ਉਸਾਰੀ ਲਈ ਖਰਚਿਆਂ ਦਾ ਪ੍ਰਬੰਧ ਕਰਨਾ ਸੰਭਵ ਨਹੀਂ ਹੈ। ਇਸ ਵਾਸਤੇ ਦਾਨੀ ਸੱਜਣਾਂ ਨੂੰ ਅਪੀਲ ਕਰ ਰਹੇ ਹਾਂ। ਫੰਡ ਰੇਜਿੰਗ ਦਾ ਇੱਕ ਆਧਾਰ ਦਾਨੀ ਪਰਿਵਾਰ ਦੇ ਪਿਆਰੇ ਸਤਿਕਾਰਿਆਂ ਦੀ ਇੱਕ ਯਾਦਗਾਰ ਫੋਟੋ ਭਵਨ 'ਤੇ ਲਾਉਣਾ ਵੀ ਹੈ, ਜਿਸ ਲਈ ਘੱਟੋ ਘੱਟ ਯੋਗਦਾਨ 1 ਲੱਖ ਰੁਪਏ ਦਾ ਹੋਣਾ ਚਾਹੀਦਾ ਹੈ। ਦੂਸਰੀ ਮੰਜ਼ਿਲ 'ਤੇ ਵਿਸ਼ਾਲ ਲੈਬੋਰਟਰੀ ਉਸਾਰਨ ਲਈ ਦਾਨੀ ਸੱਜਣਾਂ ਨੂੰ ਸੰਸਥਾ ਵੱਲੋਂ ਵਿੱਤੀ ਮਦਦ ਦੀ ਅਪੀਲ ਕੀਤੀ ਜਾਂਦੀ ਹੈ। ਆਸ ਹੈ ਕਿ ਦੇਸ਼ ਵਿਦੇਸ਼ 'ਚ ਵੱਸਦੇ ਸ਼ੁਭ ਚਿੰਤਕ ਖੂਨਦਾਨ ਸੇਵਾ ਦੇ ਪਸਾਰ ਲਈ ਹੁੰਗਾਰਾ ਭਰਨ ਦੀ ਖੇਚਲਾ ਕਰਨਗੇ। ਆਪ ਦੇ ਹੁੰਗਾਰੇ ਦੀ ਆਸ ਵਿੱਚ ਜਸਪਾਲ ਸਿੰਘ ਗਿੱਧਾ ਸਕੱਤਰ, ਪ੍ਰਵੇਸ਼ ਕੁਮਾਰ ਖਜਾਨਚੀ, ਸੁਲਕਸ਼ਣ ਕੁਮਾਰ ਸਰੀਨ ਪ੍ਰਧਾਨ, ਗੁਰਿੰਦਰ ਸਿੰਘ ਤੂਰ, ਪੁਸ਼ਪ ਰਾਜ ਕਾਲੀਆ, ਡਾਕਟਰ ਵਿਸ਼ਮ ਮੋਹਿਨੀ, ਜੋਗਾ ਸਿੰਘ ਸਾਦੜਾ, ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਧਾ, ਨੋਬਲ ਸਰੀਨ, ਅੰਜੂ ਸਰੀਨ।